ਬਾਪ ਤੋਂ ਡਰਦੇ ਇੱਕ ਮੱਖੀ ਵੀ ਨੀ ਮਾਰਦੇ ਟੋਲ ਪੰਧਾ ਸਾਹਿਬ ਤੇ ਸਿਰ ਚੜੇ ਪਾੜਦੇ ਬਾਪ ਤੋਂ ਡਰਦੇ ਇੱਕ ਮੱਖੀ ਵੀ ਨੀ ਮਾਰਦੇ। ਸ਼ਾਨ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸ਼ਾਲੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਦਰਸ਼ਕੋ। ਅੱਜ ਮੈਂ ਗੱਲ ਕਰਨ ਜਾ ਰਹੀ ਹਾਂ ਜੀ ਮੁੱਖ ਮੰਤਰੀ ਅਤੇ ਸੋਨੀ ਮਾਨ ਦੇ ਬਾਰੇ। ਮੁੱਖ ਮੰਤਰੀ ਅਤੇ ਸੋਨੀ ਮਾਨ ਦੋਨੋਂ ਹੀ ਕਿਸੇ ਨਾ ਕਿਸੇ ਸਿੰਗਰ ਨੂੰ ਟਾਰਗੇਟ ਕਰਦੇ ਹੋਏ ਕਾਫੀ ਕੁਝ ਕਹਿੰਦੇ ਹੀ ਰਹਿੰਦੇ ਨੇ। ਕੁਝ ਟਾਈਮ ਪਹਿਲਾਂ ਦੀ ਗੱਲ ਕਰੀਏ ਤਾਂ ਕੁਝ ਟਾਈਮ ਪਹਿਲਾਂ ਸੋਨੀ ਮਾਨ ਅਤੇ ਮੁੱਖ ਮੰਤਰੀ ਨੇ ਸਿੱਧੂ ਮੂਸੇਵਾਲਾ ਨੂੰ ਟਾਰਗੇਟ ਕਰਦੇ ਹੋਏ ਇੱਕ ਗੀਤ ਕੱਢਿਆ ਸੀ। ਗੀਤ ਨੂੰ ਕੁਝ ਟਾਈਮ ਦੇ ਵਿੱਚ ਹੀ ਕਾਫੀ ਜ਼ਿਆਦਾ ਮਿਲੀਅਨ ਵਿਊਜ਼ ਆ ਗਏ ਸੀ। ਪਰ ਜੇਕਰ ਗੀਤ ਦੇ ਕਮੈਂਟਸ ਦੀ ਗੱਲ ਕਰੀਏ ਤਾਂ ਕਮੈਂਟਸ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਸਪੋਰਟਰਸ ਨੇ ਸਾਫ਼ ਤੌਰ 'ਤੇ ਇਹ ਲਿਖਿਆ ਸੀ ਕਿ ਸਿੱਧੂ ਮੂਸੇਵਾਲਾ ਨੂੰ ਟਾਰਗੇਟ ਕਰਦੇ ਹੋਏ ਗੀਤ ਕੱਢਿਆ ਗਿਆ। ਉਸ ਤੋਂ ਬਾਅਦ ਸੋਨੀ ਮਾਨ ਦੇ ਕਾਫ਼ੀ ਗੀਤ ਆਏ। ਪਰ ਹੁਣ ਦੀ ਗੱਲ ਕਰੀਏ ਤਾਂ ਹੁਣ ਸਿੱਧੂ ਮੂਸੇਵਾਲਾ ਨਹੀਂ ਬਲਕਿ ਹੁਣ ਟਾਰਗੇਟ ਕੀਤਾ ਜਾ ਰਿਹਾ ਸਿੰਘਾ। ਜੀ ਹਾਂ, ਹਾਲਾਂ ਦੇ ਵਿੱਚ ਹੀ ਮੁੱਖ ਮੰਤਰੀ ਅਤੇ ਸੋਨੀ ਮਾਨ ਦੀ ਇੱਕ ਵੀਡੀਓ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਮੁੱਖ ਮੰਤਰੀ ਅਤੇ ਸੋਨੀ ਮਾਨ ਸਾਫ਼ ਤੌਰ 'ਤੇ ਸਿੰਘੇ ਨੂੰ ਟਾਰਗੇਟ ਕਰਦੇ ਹੋਏ ਨਜ਼ਰ ਆ ਰਹੇ ਨੇ ਅਤੇ ਕੀ ਕਹਿ ਰਹੇ ਨੇ ਆਓ ਤੁਹਾਨੂੰ ਦਿਖਾਉਂਦੇ ਹਾਂ ਵੀਡੀਓ ਦੇ ਵਿੱਚ। ਹਾਂਜੀ ਕੀ ਕਹਿੰਦੇ ਮਾਨ ਸਾਹਿਬ? ਕਿੱਥੇ ਆ? ਹਾਂਜੀ ਮਾਨ ਸਾਹਿਬ ਸੁਣੀ ਮੈਂ। ਹਾਂਜੀ ਮੰਜੀ ਸਾਹਿਬ। ਮੰਜੀ ਸਾਹਿਬ ਕਦੋਂ ਆ ਰਹੇ ਗਾਣਾ? ਫਿਰ ਤਿਆਰੀ ਹੈ? ਕਦੋਂ ਕਦੋਂ ਨਹੀਂ, ਆਪਣਾ 12-13 ਤਰੀਕ ਦੇ ਲਾਗੇ ਬੰਨੇ ਆ ਜਾਣਾ ਗਾਣਾ। ਅੱਛਾ ਅੱਛਾ ਅੱਛਾ। ਹਾਂਜੀ 12-13 ਲਾਗੇ ਆਇਆ ਨਾ ਆਪਣਾ ਗਾਣਾ। 12-13 ਦਸੰਬਰ? ਹਾਂਜੀ 12-13 ਦਸੰਬਰ ਦੇ ਵਿੱਚ। ਮੈਂ ਕੀ ਸੁਣਾ ਤੂੰ? ਹਾਂਜੀ ਤੁਜਾ ਟੋਲ ਪੰਧਾ ਸਾਹਿਬ ਤੇ ਸਿਰ ਚੜੇ ਪਾੜਦੇ ਬਾਪ ਤੋਂ ਡਰਦੇ ਇੱਕ ਮੱਖੀ ਵੀ ਨਹੀਂ ਮਾਰਦੇ। ਟੋਲ ਪੰਧਾ ਸਾਹਿਬ ਤੇ ਸਿਰ ਚੜੇ ਪਾੜਦੇ ਬਾਪ ਤੋਂ ਡਰਦੇ ਇੱਕ ਮੱਖੀ ਵੀ ਨਹੀਂ ਮਾਰਦੇ। ਜਿੰਨਾ ਕਰੇ ਖਾਦਾ। ਬਸ 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 ਗਾਣੇ ਸੁਣਾਵਾਂਗੇ ਤੇ ਬਹੁਤ ਧਮਕ ਪਾਈ ਰਾਮ ਨਾਮ ਸਤ ਹੈ। ਹਾਂਜੀ ਹਾਂਜੀ ਪੂਰੀ ਧਮਕ ਪਾਈ ਪੈਸਾ ਪਾੜਦੀਆਂ ਜੀ। ਵਿੰਗਾ ਬੋਲਦਾ ਮੇਰੇ, ਵਿੰਗਾ ਬੋਲਦਾ ਮੇਰੇ ਸਿੱਧਾ ਕਰ ਦਾਂਗੇ। ਵਿੰਗਾ ਬੋਲਦਾ ਮੇਰੇ ਸਿੱਧਾ ਕਰ ਦਾਂਗੇ। ਹਾਂਜੀ ਮੇਰੇ ਧਿਆਨ ਨਾ ਰਿਹੋ, 12-13 ਦਸੰਬਰ ਦੇ ਵਿੱਚ ਆਪਣਾ ਗਾਣਾ ਆ ਜਾਣਾ ਆਪਣਾ ਰਾਮ ਨਾਮ ਸਤ ਹੈ ਵੱਡਾ ਦੋ ਮਹੀਨਾ ਤੇ ਸਾਰੇ ਜਾਣੇ ਸਪੋਰਟ ਕਰੇ ਮਾਰਾ ਧਾਰਾ ਭੜਾ ਕਰੇ। ਜੀ ਹਾਂ, ਵੀਡੀਓ ਤੋਂ ਬਾਅਦ ਤੋਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਵੀਡੀਓ ਦੇ ਵਿੱਚ ਸਾਫ਼ ਤੌਰ 'ਤੇ ਟਾਰਗੇਟ ਕੀਤਾ ਗਿਆ ਹੈ ਸਿੰਘਾ ਨੂੰ। ਗੀਤ ਹਲੇ ਰਿਲੀਜ਼ ਨਹੀਂ ਹੋਇਆ ਹੈ ਬਟ ਗੀਤ ਬਹੁਤ ਜਲਦੀ ਰਿਲੀਜ਼ ਹੋਣ ਵਾਲਾ ਹੈ ਅਤੇ ਗੀਤ ਦੇ ਹਿਸਾਬ ਨਾਲ ਇਹ ਪਤਾ ਲੱਗ ਰਿਹਾ ਕਿ ਇਸ ਗੀਤ ਦੇ ਵਿੱਚ ਸਿੰਘਾ ਨੂੰ ਹੀ ਟਾਰਗੇਟ ਕਰ ਰਹੇ ਕਾਫ਼ੀ ਕੁਝ ਕਿਹਾ ਜਾਵੇਗਾ। ਪਰ ਗੀਤ ਕਿਵੇਂ ਦਾ ਹੈ, ਗੀਤ ਦੇ ਵਿੱਚ ਕੀ ਨਵਾਂ ਲੈ ਕੇ ਆਉਂਦੇ ਨੇ ਮੁੱਖ ਮੰਤਰੀ ਅਤੇ ਸੋਨੀ ਮਾਨ, ਇਹ ਤਾਂ ਹੁਣ ਗੀਤ ਰਿਲੀਜ਼ ਹੋਣ 'ਤੇ ਪਤਾ ਲੱਗੇਗਾ। ਬਾਕੀ ਸਿੰਘੇ ਦੇ ਸਪੋਰਟਰਸ ਸੋਨੀ ਮਾਨ ਅਤੇ ਮੁੱਖ ਮੰਤਰੀ ਦੇ ਲਈ ਕੀ ਕਹਿਣਾ ਚਾਹੁੰਦੇ ਨੇ ਅਤੇ ਮੁੱਖ ਮੰਤਰੀ ਅਤੇ ਸੋਨੀ ਮਾਨ ਦੇ ਸਪੋਰਟਰਸ ਉਹਨਾਂ ਲਈ ਕੀ ਕਹਿਣਾ ਚਾਹੁੰਦੇ ਨੇ, ਆਪਣੇ ਸੁਝਾਅ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ। ਅਤੇ ਹੁਣ ਮੈਂ ਚੱਲਦੀ ਹਾਂ ਅਗਲੀ ਵਾਰ ਆਵਾਂਗੀ ਇੱਕ ਨਵੀਂ ਖਬਰ ਦੇ ਨਾਲ। ਤਾਂ ਜੇਕਰ ਤੁਸੀਂ ਚਾਹੁੰਦੇ ਹੋ ਬਾਲੀਵੁੱਡ ਅਤੇ ਪੋਲੀਵੁੱਡ ਦੇ ਡੇਲੀ ਦੇ ਅਪਡੇਟਸ ਜਾਣਨਾ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਪ੍ਰੈਸ ਕਰ ਲਓ ਬੈਲ ਆਈਕਨ ਨੂੰ। ਉਹ ਜਲਦੀ ਤੋਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਵਧੀਆ ਤੋਂ ਵਧੀਆ ਅਪਡੇਟਸ ਮਿਲਦੀਆਂ ਰਹਿਣ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਵੀ ਨਾ ਭੁੱਲਿਓ। ਤੁਸੀਂ ਦੇਖ ਰਹੇ ਹੋ ਚੈਨਲ ਸ਼ਾਨ ਪੰਜਾਬੀ, ਮਾਣ ਪੰਜਾਬ ਦਾ।